ਅਸੀਕਾਲ ਜਗਬਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਚੋੜੀ ਇਸ ਵਕਤ ਜਗਬਣੀ ਟੀਵੀ ਦੀ ਟੀਮ ਪਹੁੰਚੀ ਹੈ ਆਸਟ੍ਰੇਲੀਆ ਦੇ ਸ਼ਹਿਰ ਕਪ ਸਰਵਰ ਵਿਖੇ ਜਿੱਥੇ ਕਿ ਆਸਟ੍ਰੇਲੀਆ ਦੀਆਂ ਚੌਂਤਵੀਆਂ ਸਿੱਖ ਏਡਾਂ ਦਾ ਅੱਜ ਆਗਾਜ਼ ਹੋ ਗਿਆ ਹੈ ਇਸ ਵਕਤ ਅਸੀਂ ਮੌਜੂਦ ਹਾਂ ਕਾਫ ਸਰਵਰ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਜਿਸ ਜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਹਾਂ ਮੈਂ ਚਾਹੂੰਗਾ ਕਿ ਇੱਕ ਵਾਰ ਕੈਮਰਾ ਘੁਮਾ ਕੇ ਜਿਹੜਾ ਹੈ ਉਹ ਤਸਵੀਰਾਂ ਦਿਖਾਈਆਂ ਜਾਣ ਤੁਹਾਨੂੰ ਵਿਖਾਉਂਦੇ ਹਾਂ ਕਿ ਇਸ ਸਟੇਡੀਅਮ ਦੇ ਅੰਦਰ ਜਿਹੜਾ ਹੈ ਉਹ ਓਪਨਿੰਗ ਹੋ ਚੁੱਕੀ ਹੈ ਸਿੱਖ ਖੇਡਾਂ ਦੀ ਤੇ ਇੱਥੇ ਮੁਕਾਬਲੇ ਹੋ ਰਹੇ ਨੇ ਵੱਖ-ਵੱਖ ਖੇਡਾਂ ਜਿਹੜੀਆਂ ਕਿ ਇੱਥੇ ਖੇਡੀਆਂ ਜਾਣੀਆਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਆਗਾਜ਼ ਹੋ ਗਿਆ ਹੈ ਰੌਣਕਾਂ ਲੱਗਣ ਜਾ ਰਹੀਆਂ ਨੇ ਪਹਿਲਾ ਦਿਨ ਸੀਗਾ ਔਰ ਪਹਿਲਾ ਦਿਨ ਵਧੀਆ ਲੰਘਿਆ ਹੈ 16 ਤੇ 17 ਤਾਰੀਖ ਜਿਹੜੀ ਐ ਦੋ ਦਿਨ ਹੁਣ ਅਗਲੇ ਜਿਹੜੀਆਂ ਉਹ ਖੇਡਾਂ ਹੋਣੀਆਂ ਨੇ ਇਸ ਵਕਤ ਸਾਡੇ ਨਾਲ ਜਗਬਾਣੀ ਦੇ ਬ੍ਰਿਸਬਨ ਤੋਂ ਜਿਹੜੇ ਕੀ ਨੁਮਾਇंदे ਨੇ सुरेंद्रਪਾਲ ਸਿੰਘ ਖੁਰਦ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਇਹਨਾਂ ਖੇਡਾਂ ਦੇ ਬਾਰੇ ਜਿੱਥੇ ਅਸੀਂ ਇਹਨਾਂ ਦੀ ਹਿਸਟਰੀ ਦੇ ਬਾਰੇ ਗੱਲਬਾਤ ਕਰਾਂਗੇ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਦੇ ਬਾਰੇ ਵੀ ਅਸੀਂ ਤਫਸੀਲ ਦੇ ਵਿੱਚ ਜਾਣਕਾਰੀ ਲਵਾਂਗੇ ਤਾਂ ਖੁਰਦ ਸਾਹਿਬ ਟੀਮ ਪਹੁੰਚ ਗਈ ਹੈ ਤੁਸੀਂ ਇੱਥੇ ਪਹਿਲਾਂ ਹੀ ਡਟੇ ਹੋਏ ਹੋ ਤਾਂ ਕਿੱਦਾਂ ਦਾ ਮਾਹੌਲ ਆ ਪਹਿਲਾਂ ਸਾਰੇ ਦਰਸ਼ਕਾਂ ਨੂੰ 올 ਓਵਰ ਦਾ ਵਰਲਡ ਵਿੱਚ ਬਹੁਤ ਬਹੁਤ ਕਹਿੰਦੇ ਮੁਬਾਰਕਾਂ ਕੀ 34ਵੇਂ ਸਿੱਖ ਗੇਡਾਂ ਤੁਹਾਨੂੰ ਪਤਾ ਹੈ ਕਰੋਨਾ ਤੋਂ ਬਾਅਦ ਇਹ ਬੜੇ ਜੋਸ਼ ਉਖਰੋਸ਼ ਦੇ ਨਾਲ ਅੱਜ ਆਗਾਜ਼ ਸ਼ੁਰੂ ਹੋਇਆ ਹੈ ਨਾ ਖੇਡਾਂ ਦਾ ਕਿਉਂਕਿ 2 ਸਾਲਾਂ ਤੋਂ ਬਹੁਤ ਕਾਫੀ ਇੰਤਜ਼ਾਰ ਕਰ ਰਹੇ ਸੀ ਸਾਡੇ ਜਿਹੜੇ ਦਰਸ਼ਕ ਵਾ ਸਾਡੇ ਪ੍ਰਬੰਧਕ ਵਾ ਖਿਡਾਰੀ ਆ ਕਿ ਜਿਹੜੀ ਖੇਡਾਂ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ ਉਸੇ ਤਰ੍ਹਾਂ ਹੋਣ ਪਰ ਕੁਝ ਪੁੰਦੀਆਂ ਕਾਰਨ ਕਰੋਨਾ ਦੀਆਂ ਕਰਕੇ ਨਹੀਂ ਹੋ ਸਕੀਆਂ ਪਰ ਫਿਰ ਵੀ ਸ਼ਹਿਰ ਲੈਵਲ ਤੇ ਕਰਵਾਉਂਦੇ ਰਹੇ ਆ ਹਰ ਸਾਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ ਜੀ ਤੇ ਇਸ ਵਾਰ ਜਿਹੜਾ ਮਾਨ ਮਤਾ ਇਹ ਮਿਲਿਆ ਇਹ ਬਹੁਤ ਹੀ ਖੂਬਸੂਰਤ ਸ਼ਹਿਰ ਜਿਹੜਾ ਕੋਪਸਰਬਰ ਨੂੰ ਕਿਉਂਕਿ ਇੱਥੇ ਇਹ ਵੀ ਇੱਕ ਇੱਕ ਪੁਰਾਣੀ ਇੱਕ ਸਟੋਰੀ ਆ ਕਿ ਪਹਿਲਾਂ ਜਿਹੜੇ ਪੰਜਾਬੀ ਆ ਉਹ ਇੱਥੇ ਆ ਕੇ ਬਸੇ ਆ ਕਾਫੀ ਬਹੁਤ ਹੀ ਸੁਹਾਵਣਾ ਸ਼ਹਿਰ ਵਾਹੇ ਤੇ ਅਗਲੇ ਸਾਲ ਜਿਹੜੀਆਂ ਖੇਡਾਂ ਕਹਿੰਦੇ ਅਨਾਉਂਸ ਹੋ ਰਹੀਆਂ ਕਿ ਬ੍ਰਿਸਵੰਦ ਦੇ ਵਿੱਚ ਉੱਥੇ ਵੀ ਜਿਹੜਿਆ ਪਰੰਧਕਾ ਕਮੇਟੀਆਂ ਆ ਉਹ ਵੀ ਪੱਬਾ ਪਰ ਹੋਈ ਫਿਰਦੀਆਂ ਇਹ ਮਤਲ ਹਰ ਸਾਲ ਹਰ ਨਵੀਂ ਸਟੇਟ ਦੇ ਵਿੱਚ ਹੁੰਦੀਆਂ ਹਰ ਸਾਲ ਜੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਸਟੇਟ ਜਿਹੜੇ ਆ ਉਹਨਾਂ ਦੇ ਜਿਹੜੇ ਮੇਨ ਸ਼ਹਿਰ ਉਹਨਾਂ ਦੇ ਵਿੱਚ ਕੀਤੀ ਕਰਵਾਈਆਂ ਜਾਂਦੀਆਂ ਇਹ ਸਾਡੇ 34 ਸਾਲਾਂ ਦਾ ਜਿਹੜੀ ਸਾਡੀ ਪੰਜਾਬ ਪੰਜਾਬੀਅਤ ਦੀ ਵਿਰਾਸਤ ਵਾ ਉਹਨਾਂ ਨੂੰ ਸੰਭਾਲ ਕੇ ਰੱਖਿਆ ਸਾਡੇ ਜਿਹੜੇ ਉਪਦੇਸ਼ੀਆਂ ਨੇ ਭਾਈ ਪੰਜਾਬੀਆਂ ਨੇ ਭਾਈਚਾਰੇ ਨੇ ਇਸੇ ਕਰਕੇ ਇਹਨਾਂ ਨੂੰ ਸਿੱਖੇੜਾਂ ਦਾ ਨਾਮ ਦਿੱਤਾ ਗਿਆ ਜੀ ਕਾਫ ਸਰਵਰ ਦੇ ਬਾਰੇ ਕੀ ਆ ਜਾਂਦਾ ਹੈ ਕਿ ਬੜਾ ਕੁਦਰਤ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿਵੇਂ ਆਪਾਂ ਬ੍ਰਿਸਬੇਨ ਤੋਂ ਟਰੈਵਲ ਕਰਕੇ ਆਪਾਂ ਆਏ ਆ 4-5 ਘੰਟੇ ਆਪਾਂ ਨੂੰ ਲੱਗੇ ਆ ਤੇ ਮੈਂ ਰਸਤੇ 'ਚ ਵੀ ਵੇਖਿਆ ਸੀ ਮਹਾਂਦਰਾ ਜਿਵੇਂ ਨਿਊਜ਼ੀਲੈਂਡ ਵਰਗਾ ਪੈਂਦਾ ਇਹ ਸ਼ਹਿਰ ਬਾਰੇ ਦੱਸੋ ਥੋੜਾ ਸ਼ਹਿਰ ਕਾਫੀ ਪ੍ਰਾਤਨ ਸ਼ਹਿਰ ਹੈ ਜੀ ਇਹ ਤੇ ਜਿਹੜੇ ਪੰਜਾਬੀ ਜਿਹੜਾ ਤੁਹਾਨੂੰ ਦੱਸਿਆ ਕਿ ਪਹਿਲਾਂ ਇੱਥੇ ਆ ਕੇ ਬਸਿਆ ਕਾਫੀ ਵੱਡੇ ਫਾਰਮ ਹਾਊਸ ਆਪਣੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਸਾਡੇ ਪੰਜਾਬੀਆਂ ਉੱਤੇ ਕਿ ਉਹਨਾਂ ਨੇ ਮਿਹਨਤ ਮਸ਼ਕਦਾਂ ਕੀਤੀਆਂ ਤੇ ਇਹ ਵੀ ਮਾਣ ਮਹਿਸੂਸ ਹੈ ਕਿ ਜਿਹੜਾ ਸਾਡਾ ਪਹਿਲਾ ਐਮਪੀ ਮੈਂ ਰਾਈਟ ਤੇ ਪ੍ਰੋਗਰਾਮਾਂ ਦੇ ਬਾਰੇ ਦੱਸੋ ਅੱਜ ਜਿਹੜਾ ਪਹਿਲਾ ਦਿਨ ਸੀਗਾ ਅੱਜ ਕੀ ਕੀ ਇੱਥੇ ਹੋਇਆ ਫਿਰ ਅ ਪ੍ਰੋਗਰਾਮਾਂ ਦੇ ਵਿੱਚ ਅੱਜ ਖੇਡਾਂ ਸ਼ੁਰੂ ਹੋਈਆਂ ਜੀ ਤੇ ਕਾਫੀ ਵਧੀਆ ਆਗਾਜ਼ ਹੋਇਆ ਪਰ ਜਿਹੜੀ ਰਸਮੀ ਆਗਾਜ਼ ਉਹ ਕੱਲ ਨੂੰ ਸ਼ੁਰੂਆਤ ਕਰ ਰਹੀ ਆ ਮਾਰਚ ਪਾਸ ਦੀ ਸਲਾਮੀ ਲੈਣੀ ਆ ਤੇ ਅੱਜ ਖੇਡਾਂ ਹੋਈਆਂ ਕਬੱਡੀ ਸੌਕਰ ਹੋਰ ਜਿਹੜੀਆਂ ਵੱਖ-ਵੱਖ ਖੇਡਾਂ ਦੀਆਂ ਬਣ ਗਈਆਂ ਇਸ ਦੇ ਨਾਲ ਨਾਲ ਕਲਚਰਲ ਐਕਟੀਵਿਟੀ ਵੀ ਕਹਿੰਦੇ ਚੱਲ ਰਹੀ ਆ ਹੁਣ ਸ਼ੋਅ ਦੇ ਵਿੱਚ ਚੱਲ ਰਹੀ ਆ ਤੇ ਪ੍ਰਾਤਨ ਜਿਹੜੇ ਰੰਗ ਉਹ ਬਿਲਕੁਲ ਕਿਹੜੇ ਵੀ ਖੁਸ਼ ਨਮਾ ਦਿਖਾਈ ਦੇ ਰਹੇ ਆ ਜੀ ਹਰ ਹਰ ਚਿਹਰੇ ਦੇ ਉੱਤੇ ਕਿਲੇ ਵੀ ਖੁਸ਼ੀ ਵੀ ਦਿਖਾਈ ਦੇ ਰਹੀ ਤੁਹਾਡੇ ਚਿਹਰੇ ਤੇ ਵੀ ਖੁਸ਼ੀ ਬਹੁਤ ਹੈ ਖੁਰਸਾਬ ਨੂੰ 2 ਸਾਲ ਬਾਅਦ ਮੌਕਾ ਮਿਲਿਆ ਬਿਲਕੁਲ ਜੀ 2 ਸਾਲ ਬਾਅਦ ਮੌਕਾ ਮਿਲਿਆ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਆ इवन ਕੀ ਨਿਊਜ਼ੀਲੈਂਡ ਤੋਂ ਹੋਰ ਵੱਖ-ਵੱਖ ਜਿਹੜੀਆਂ ਕੰਟਰੀਆਂ ਤੁਸੀਂ ਇੰਡੀਆ ਤੋਂ ਆਏ ਹੋ ਤੇ ਹੋਰ ਵੀ ਵੱਖ-ਵੱਖ ਦੇਸ਼ਾਂ ਤੋਂ ਲੋਕ ਜਿਹੜੇ ਆ ਖਿਡਾਰੀ ਆ ਦਰਸ਼ਕ ਆ ਪਹੁੰਚੇ ਆ ਕਹ ਲਓ ਵੀ ਸਾਰੇ ਜਿਹੜੇ ਪ੍ਰਬੰਧਕ ਕਮੇਟੀਆਂ ਉਹ ਪੱਪਾ ਭਾਰੋਾ ਚਾਹੇ ਉਹ ਨੈਸ਼ਨਲ ਕਮੇਟੀ ਆ ਚਾਹੇ ਉਹ ਲੋਕਲ ਕਮੇਟੀ ਆ ਜੀ ਬਿਲਕੁਲ ਸਾਰੇ ਪੱਪਾ ਭਾਰੋਾ ਪ੍ਰਮੁੱਖ ਤੌਰ ਤੇ ਕਬੱਡੀ ਦੀ ਖ ਗੁਆਂਢੀ ਮੁਲਕਾਂ ਤੋਂ ਟੀਮਾਂ ਪਹੁੰਚਦੀਆਂ ਨੇ ਕੁੱਲ ਤੁਹਾਡੇ ਕੋਲ ਕਿੰਨਾ ਇੱਕ ਜਿਹੜਾ ਐਨਾਲਿਸਿਸ ਹੈਗਾ ਕਿ ਕੀ ਜਾਣਕਾਰੀ ਹੈ ਤੁਹਾਡੇ ਕੋਲ ਕਿੰਨੀਆਂ ਟੀਮਾਂ ਤੇ ਕਿਹੜੀਆਂ-ਕਿਹੜੀਆਂ ਖੇਡਾਂ ਦੀਆਂ ਪਹੁੰਚਣੀਆਂ ਆ ਇਹ ਦੱਸਿਆ ਜਾ ਰਿਹਾ ਕਿ ਪ੍ਰਬੰਧਕਾਂ ਵੱਲੋਂ ਕੋਈ 180 ਤੋਂ ਕਹਿੰਦਾ ਉਹ 200 ਦੇ ਕਰੀਬ ਜਿਹੜੇ ਕਲੱਬ ਉਹ ਇੱਥੇ ਨੁਮਾਇੰਦਗੀ ਕਰਾ ਰਹੇ ਆ ਵੱਖ-ਵੱਖ ਕਹਿੰਦਾ ਵੀ ਸ਼ਹਿਰਾਂ ਤੋਂ ਜਾਂ ਓਵਰਸੀਜ਼ ਦੇ ਉੱਤੋਂ ਤੇ ਜਿਹੜੇ ਪ੍ਰਬੰਧਕ ਉਹ ਕਾਫੀ ਕਹਿੰਦਾ ਪੱਪਾ ਪਰ ਹੋਏ ਫਿਰਦੇ ਆ ਇਸ ਚੀਜ਼ ਨੂੰ ਕੀ ਉਹਨਾਂ ਨੂੰ ਕਿਹੜੀ ਆ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਆ ਮੁਹੱਈਆ ਕਰਵਾਇਆ ਜਾਵੇ ਸਾਰੇ ਜਿਹੜੇ ਪ੍ਰ ਮਾ ਲੋਕਾਂ ਦੇ ਅੰਦਰ ਖਿੱਚ ਕਿੰਨੀ ਕੁ ਹੈ ਕਿਉਂਕਿ ਜਿਵੇਂ ਪਤਾ ਲੱਗਿਆ ਇੱਥੇ ਹੋਟਲ ਨਹੀਂ ਮਿਲਦਾ ਪਿਆ ਆਪੋ ਆਪਣੇ ਘਰਾਂ 'ਚ ਲੋਕ ਰਿਸ਼ਤੇਦਾਰੀਆਂ ਨੂੰ ਫੋਨ ਫੋਨ ਮਾਰ ਕੇ ਕਹਿੰਦੇ ਭਾਈ ਅੱਜ ਤੇਰੇ ਕੋਲ ਰਾਤ ਰੁਕਾਂਗੇ ਹਾਂਜੀ ਕਹਿ ਸਕਦੇ ਆ ਕਿ ਸਾਰਾ ਆਸਟ੍ਰੇਲੀਆ ਤੇ ਖਾਸ ਤੌਰ ਤੇ ਨਿਊਜ਼ੀਲੈਂਡ ਤੋਂ ਵੀ ਵੱਡੀ ਗਿਣਤੀ ਚ ਲੋਕ ਇੱਥੇ ਵੱਡੀ ਤਦਾਦ ਦੇ ਵਿੱਚ ਪਹੁੰਚਣਗੇ ਬਿਲਕੁਲ ਜੀ ਕਲਪ ਕੀ ਮੋਟਲ ਦੇ ਵਿੱਚ ਅਕੋਮੋਡੇਸ਼ਨ ਨਹੀਂ ਮਿਲ ਰਹੀ ਤੇ ਈਵਨ ਕੀ ਜਿਸ ਤਰ੍ਹਾਂ ਦੱਸ ਰਿਹਾ ਪ੍ਰਬੰਧਕਾਂ ਨੇ ਵੀ ਦੱਸਿਆ ਸਾਨੂੰ ਕਿ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਸੰਪਰਕ ਕੀਤੇ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਅਕੋਮੋਡੇਸ਼ਨ ਮਿਲ ਸਕੇ ਪਰ ਬਹੁਤ ਦੂਰ ਦੂਰੋਂ ਸਿਡਨੀ ਤੋਂ ਮੈਲਬਨ ਤੋਂ ਜਾਂ ਹੋਰ ਜਿਹੜੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਗਵਾਂਡੀ ਦੇਸ਼ ਤੋਂ ਜਿਹੜੇ ਆ ਜਿਹੜੇ ਖਿਡਾਰੀ ਤੇ ਦਰਸ਼ਕ ਜਿਹੜੇ ਕਲੱਬ ਆ ਉਹ ਬਹੁਤ ਕਲਪ ਵੀ ਵੱ ਤਿਆਰੀਆਂ ਦੇ ਨਾਲ ਇੱਥੇ ਆ ਰਹੇ ਜੀ ਖੁਰ ਸਰ ਕਰਵਾਉਂਦਾ ਕੌਣ ਹੈ ਖੇਡਾਂ ਗਵਰਨਮੈਂਟ ਐਨਜ਼ਿਕ ਕਮੇਟੀ ਹੈਗੀ ਆ ਹੋਰ ਕੌਣ ਕੌਣ ਦੇ ਚ ਸਹਿਯੋਗ ਦਿੰਦਾ ਇਹਦੇ ਵਿੱਚ ਜਿਹੜੀ ਕਿ ਮੇਨ ਜਿਹੜੀ ਜਿਹੜੀ ਤੁਹਾਨੂੰ ਪਤਾ ਐਨਜ਼ਿਕ ਕਮੇਟੀ ਆ ਉਹਦੇ ਨਾਲ ਜਿਹੜੀ ਲੋਕਲ ਸ਼ਹਿਰ ਦੀ ਜਿਹੜੀ ਕਮੇਟੀ ਜਿਹੜੇ ਸ਼ਹਿਰ ਦੇ ਵਿੱਚ ਇਹ ਗੇਮਾਂ ਹੋਣੀਆਂ ਉਹ ਸ਼ਹਿਰ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਜੁੜੀ ਹੋਈ ਹੁੰਦੀ ਆ ਨਾਲ ਜਿਹੜੀ ਕੋਆਰਡੀਨੇਟ ਕਰਦੇ ਆ ਇਸ ਦੇ ਨਾਲ ਨਾਲ ਜਿਹੜੀ ਕਾਉਂਸਲ ਵਾ ਸਿਟੀ ਕਾਉਂਸਲ ਵਾ ਜਾਂ ਜਿਹੜੀ ਸੂਬਾ ਸਰਕਾਰ ਵਾ ਉਹ ਵੀ ਕੋਈ ਨਾ ਕੋਈ ਆਪਣਾ ਵਿੱਤੀ ਸਹਾਇਤਾ ਦਿੰਦੀ ਹੈ ਇਹਨਾਂ ਨੂੰ ਜੀ ਹਿਸਟਰੀ ਦੀ ਆਪਾਂ ਗੱਲ ਕਰੀਏ ਤਾਂ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਸਿਖੇਡਾਂ 34 ਸਾਲ ਹੋ ਗਏ ਬਹੁਤ ਵੱਡਾ ਲੰਬਾ ਜਿਹੜਾ ਕਹਿ ਲਓ ਕਿ ਹਰਸਾ ਹੈਗਾ ਖਾਸ ਤੌਰ ਤੇ ਵਿਦੇਸ਼ੀ ਧਰਤੀ ਤੇ ਆ ਕੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਣੇ ਅੱਜ ਦੇ ਦੌਰ ਦੇ ਅੰਦਰ ਤਾਂ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਤੇ ਸਿਖੇਡਾਂ ਦਾ ਨਾਮ ਹੈ ਪਰ ਸ਼ੁਰੂਆਤ ਫਿਰ ਕਿਵੇਂ ਹੁੰਦੀ ਹੈ ਸ਼ੁਰੂਆਤ ਪਹਿਲੇ ਦਿਨ ਜਿਸ ਤਰ੍ਹਾਂ ਕਹਿੰਦੇ ਆ ਵੀ ਅ ਅਲੱਗ-ਅਲੱਗ ਬਣ ਗਈਆਂ ਹੋਣੀਆਂ ਖੇਡਾਂ ਦੀਆਂ ਚਾਹੇ ਕਬੱਡੀ ਆ ਚਾਹੇ ਸੌਕਰ ਆ ਜੀ ਚਾਹੇ ਟੈਨਿਸ ਆ ਬਾਲੀਬਾਲ ਵਾ ਕ੍ਰਿਕਟ ਆ ਹਰਸਾ ਕਿਸੇ ਆ ਇਹਦੇ ਨਾਲ ਸ਼ੁਰੂ ਜ਼ਰੂਰਤ ਹੁੰਦੀ ਆ ਤੇ ਨਾਲ ਦੀ ਨਾਲ ਜਿਹੜੇ ਸਥਾਨਕ ਜਿਹੜੇ ਮੈਂਬਰ ਆਫ ਪਾਰਲੀਮੈਂਟ ਜਾਂ ਕੌਂਸਲਰ ਵਾ ਤੇ ਨੈਸ਼ਨਲ ਕਮੇਟੀ ਆ ਤੇ ਨਾਲ ਸਥਾਨਕ ਕਮੇਟੀ ਆ ਹੋਰ ਜਿੰਨੇ ਪ੍ਰਬੰਧਕੀ ਕਮੇਟੀ ਆ ਜਿਹੜੇ ਕਲੱਬ ਇਹ ਤੁਹਾਡੀ ਗੱਲ ਠੀਕ ਹੈ ਮੇਰਾ ਸਵਾਲ ਇਸ ਸੰਦਰਭ ਦੇ ਵਿੱਚ ਸੀਗਾ ਕਿ ਖੇਡਾਂ ਦੀ ਸ਼ੁਰੂਆਤ ਕਿਵੇਂ ਹੋਈ ਜਦੋਂ 34 ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਇਸ ਬਾਬ ਕਿਵੇਂ ਬਣਦਾ ਦੱਸਿਆ ਜਾਂਦਾ ਕਿ ਜਿਹੜੇ ਸਾਡੇ ਇੱਥੇ ਕਾਫੀ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਆਏ ਸੀ ਉਹਨਾਂ ਨੇ ਇੱਕ ਉਹਨਾਂ ਦਾ ਇੱਕ ਮਨਛਾ ਸੀਗੀ ਜਿਹੜੀ ਕਿ ਇਨਾ ਇੱਕ ਸਿੱਖ ਖੇਡਾਂ ਜਾਂ ਪੰਜਾਬੀਤ ਪੰਜਾਬ ਪੰਜਾਬੀਤ ਨੂੰ ਨਾਲ ਲੈ ਕੇ ਚੱਲੇ ਜਾਵੇ ਕਮਿਊਨਿਟੀ ਦੇ ਲਈ ਇੱਕ ਕੋਈ ਐਸਾ ਈਵੈਂਟ ਰੱਖਿਆ ਜਾਵੇ ਜਿਹੜਾ ਕਿ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਉਹ ਲੋਕ ਇੱਕ ਕਹਿੰਦਾ ਵੀ ਆਪਣੇ ਸੱਭਿਆਚਾਰ ਨੂੰ ਸਭਿਆਚਾਰ ਨੂੰ ਖੇਡ ਵਨਗੀਆਂ ਨੂੰ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰ ਸਕਣ ਤੇ ਜਿਹੜੇ ਇੱਥੇ ਦੀ ਨੌਜਵਾਨ ਪੀੜ੍ਹੀ ਹੈ ਜਿਹੜੇ ਇੱਥੇ ਦੇ ਬੌਰਨ ਬੱਚੇ ਆ ਉਹਨਾਂ ਨੂੰ ਨਾਲ ਲੈ ਕੇ ਆਪਣਾ ਜਿਹੜਾ ਸਭਿਆਚਾਰਵਾਜ ਆ ਜਾਂ ਆਪਣੇ ਜਿਹੜੇ ਪ੍ਰਾਤਨ ਵਿਰਸਾ ਉਹਨੂੰ ਨਾਲ ਲੈ ਕੇ ਤੁਰਿਆ ਜਾਵੇ ਜੀ ਜੀ ਬਹੁਤ ਬਹੁਤ ਧੰਨਵਾਦ ਸ੍ਰਿੰਦਰਜੀ ਜਾਣਕਾਰੀ ਦੇ ਲਈ ਤਾਂ 3 ਦਿਨ ਲਗਾਤਾਰ ਅੱਜ ਕੱਲ ਤੇ ਪਰਸੋਂ ਜਗਬਣੀ ਟੀਵੀ ਦੀ ਸਮੁੱਚੀ ਟੀਮ ਜਿਹੜੀ ਲੋਕਲ ਵੀ ਸਾਡੇ ਪੱਤਰਕਾਰ ਨੇ ਉਹ ਲਗਾਤਾਰ ਮੌਜੂਦ ਰਹਿਣਗੇ ਤੇ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਇੱਥੋਂ ਦੀਆਂ ਵਿਖਾਉਂਦੇ ਰਹਾਂਗੇ 2 ਸਾਲ ਦੇ ਬਾਅਦ ਜਿਹੜੀਆਂ ਵੱਡੇ ਪੱਧਰ ਤੇ ਧੂਮ ਧਾਮ ਦੇ ਨਾਲ ਸਿੱਖ ਏਡਾ ਬਣਾਈਆਂ ਜਾ ਰਹੀਆਂ ਨੇ ਤੇ ਇੱਕ ਵਾਰ ਫੇਰ ਤੋਂ ਤੁਹਾਨੂੰ ਤਸਵੀਰਾਂ ਅਸੀਂ ਗਰਾਊਂਡ ਦੀਆਂ ਦਿਖਾਉਂਦੇ ਹਾਂ ਤਾਂ 3 ਦਿਨ ਲਗਾਤਾਰ ਤੁਸੀਂ ਜਿਹੜਾ ਹੈ ਉਹ ਜਗਬਣੀ ਟੀਵੀ ਤੇ ਔਰ ਜਗਬਣੀ ਅਖਬਾਰ ਤੇ ਤੇ ਜਗਬਣੀ ਦੀ ਮੋਬਾਈਲ ਐਪਲੀਕੇਸ਼ਨ ਤੋਂ ਇਲਾਵਾ YouTube ਸ਼ਹਿਰ ਤੋਂ ਜਿਹੜੀ ਆ ਉਹ ਜਾਣਕਾਰੀ ਤੁਸੀਂ ਲਗਾਤਾਰ ਹਾਸਲ ਕਰ ਸਕੋਗੇ ਜੀ ਸੁਰੇਂਦਰ ਜੀ ਮੇਰੇ ਜਹਨ ਦੇ ਵਿਚਾਰ ਹੈ ਕਿ ਇਸ ਸਮੇਂ ਜਿਹੜਾ ਵੀ ਜਿਹੜਾ ਥੱਲੇ ਏਜੀਐਮ ਦੀ ਮੀਟਿੰਗ ਚੱਲ ਰਹੀ ਹੈ ਕਾਫੀ ਵਧੀਆ ਮਾਹੌਲ ਹੈ ਉੱਥੇ ਤੇ ਜਿਹੜੀ ਅਗਲੇ ਸਾਲ ਨੂੰ ਜਿਹੜੀਆਂ ਗੇਮਾਂ ਹੋਣੀਆਂ ਖੇਡਾਂ ਹੋਣੀਆਂ ਤੇ ਨਾਲ-ਨਾਲ ਜਿਹੜੀ ਪ੍ਰਧਾਨਗੀ ਦੀ ਚੋਣ ਵੀ ਥੱਲੇ ਚੱਲ ਰਹੀ ਹੈ ਜੀ ਤਤਕਾਲੀ ਪ੍ਰਧਾਨ ਸਰਜੋ ਸਿੰਘ ਢਿੱਲੋਂ ਹੋ ਗਏ ਹੋរី ਹੈਗੇ ਨੇ ਪਰ ਹੁਣ ਜਿਹੜੀ ਆ ਉਹ ਚੋਣ ਹੋ ਰਹੀ ਹੈ ਤੇ ਥੋੜੀ ਦੇਰ ਤੱਕ 2 ਘੰਟਿਆਂ ਬਾਅਦ ਪਤਾ ਲੱਗੂਗਾ ਕਿ ਪ੍ਰਧਾਨ ਨਵਾਂ ਕੌਣ ਬਣਦਾ ਕੌਣ ਕੌਣ ਬਣੇਗਾ ਜੀ ਤੇ ਨਾਲ ਦੀ ਨਾਲ ਸਾਰੀ ਉਹ ਵੀ ਅ ਉੱਥੇ ਜਿਹੜੀਆਂ ਚੋਣਾਂ ਹੋਣੀਆਂ ਆ ਮਾਫਰਿਓ ਕਿਹੜਾ ਹੋਣੀਆਂ ਉਹ ਹਜੇ ਦੱਸਿਆ ਜਾ ਰਿਹਾ ਕਿ ਬ੍ਰਿਸਬਨ ਦੇ ਵਿੱਚ ਜਿਹੜਾ ਕੁਈਨਜ਼ਲੈਂਡ ਦਾ ਸ਼ਹਿਰ ਬ੍ਰਿਸਬਨ ਬਹੁਤ ਖੂਬਸੂਰਤ ਸ਼ਹਿਰ ਹੈ ਉੱਥੇ ਅਧਿਕਾਰਤ ਤੌਰ ਤੇ ਹਜੇ ਐਲਾਨ ਨਹੀਂ ਹੋਇਆ ਵੀ ਹੁਣ ਜਾ ਰਿਹਾ ਜੀ ਉਹਦੇ ਬਾਰੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਜਿਹੜੀ ਆ ਉਹ ਸਿੱਖ ਦੇ ਬਾਰੇ ਦਿੰਦੇ ਰਹਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਕਿ ਇਥੋਂ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੀਆਂ ਨੇ ਜਿਹੜੇ ਦੂਸਰੇ ਮੁਲਕਾਂ ਤੋਂ ਪੰਜਾਬੀ ਇੱਥੇ ਪਹੁੰਚੇ ਨੇ ਬਹੁਤ ਸਾਰੀਆਂ ਇੰਟਰਸਟਿੰਗ ਸਟੋਰੀਜ਼ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਤੁਹਾਡੇ ਨਾਲ ਲਗਾਤਾਰ ਸ਼ੇਅਰ ਕਰਦੇ ਰਹਾਂਗੇ ਆਪਣੇ ਸਹਿਯੋਗੀ ਸਨੀ ਚਾਂਦਪੁਰੀ ਦੇ ਨਾਲ ਰਮਨਦੀਪ ਸਿੰਘ ਚੋਡੀ ਜਗਬਣੀ ਟੀਵੀ ਕੱਪ ਸਰਵਰ ਆਸਟ੍ਰੇਲੀਆ